ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਰ ਹੋਣੀ ਸਾਡੇ ਨਾਲ ਨੇ। ਮੀਤ ਹੇਰ ਸਾਬਕਾ ਖੇਡ ਮੰਤਰੀ ਵੀ ਨੇ ਪੰਜਾਬ ਦੇ। ਮੀਤ ਹੇਰ ਜੀ, ਪਹਿਲਾਂ ਖੇਡ ਮੰਤਰੀ ਤੌਰ ਤੇ ਤੁਹਾਡੀ ਅਹਿਮ ਭੂਮਿਕਾ ਰਹੀ ਖੇਡਾਂ ਵਤਨ ਪੰਜਾਬ ਦੀਆਂ ਦੇ ਵਿੱਚ, ਹੁਣ ਬੇਸ਼ੱਕ ਮੈਂਬਰ ਪਾਰਲੀਮੈਂਟ ਬਣ ਗਏ ਹੋ ਪਰ ਖੇਡਾਂ ਵਤਨ ਪੰਜਾਬ ਦੀਆਂ ਫਿਰ ਸ਼ੁਰੂ ਹੋ ਗਈਆਂ ਨੇ, ਤੀਜਾ ਸੀਜ਼ਨ ਸ਼ੁਰੂ ਹੋ ਗਿਆ, ਕੀ ਕੁਝ ਐਤਕੀ ਲੱਗਦਾ ਹੈ ਕਿ ਨਵਾਂ ਹੋਰ ਕੀਤਾ ਐਡ ਕੀਤਾ ਜਾ ਸਕਦਾ? ਨਪਿੰਦਰ ਜੀ, ਪਹਿਲਾਂ ਤਾਂ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿਹੜੇ ਖੇਡਾਂ ਦੀ, ਕਿਉਂਕਿ ਮੇਰੇ ਕੋਲ ਉਦੋਂ ਮਹਿਕਮਾ CCM ਸਾਹਿਬ ਨੂੰ ਦਿੱਤਾ ਹੋਇਆ ਕਿ ਜਿਨ੍ਹਾਂ ਦੀ ਸ਼ੁਰੂਆਤ ਉਦੋਂ ਮੇਰੇ ਕਾਰਜਕਾਲ ਦੌਰਾਨ ਹੋਈ ਅਤੇ ਐਤਕੀ ਤੀਜੀਆਂ ਵੀ ਜਿਹੜਾ ਮੇਰਾ ਪਾਰਲੀਮੈਂਟ ਹਲਕਾ ਸੰਗਰੂਰ 'ਚ ਉਹਨਾਂ ਦੀ ਜਿਹੜੀ ਸ਼ੁਰੂਆਤ ਹੈ ਉਹ ਹੋ ਰਹੀ ਹੈ ਅਤੇ ਇਵੈਂਟ ਵੀ ਸਟਾਰਟਿੰਗ ਵਾਲਾ ਤੁਸੀਂ ਦੇਖਿਆ, ਜਿਹੜੀ ਅੱਜ ਇਨੈਗੋਰੇਸ਼ਨ ਇੰਨੀ ਸਕਸੈਸਫੁਲ ਹੋਈ, ਕਹਿਣ ਲੱਗਦਾ ਸੀ ਜਿਵੇਂ ਕੋਈ ਓਲੰਪਿਕ ਦੀ ਜਿਹੜੀ ਸ਼ੁਰੂਆਤ ਹੈ ਉਹ ਹੋ ਰਹੀ ਹੋਵੇ। ਇੰਨੀ ਊਰਜਾ, ਜਿੰਨੇ ਵੱਖ ਵੱਖ ਕਹਿ ਲਓ ਵੀ ਜਿਹੜੇ ਜ਼ਿਲ੍ਹਿਆਂ 'ਚੋਂ ਖਿਡਾਰੀ ਆਏ ਸੀ, ਇੰਨੀ ਐਨਰਜੀ ਉਹਨਾਂ 'ਚ ਦੇਖ ਕੇ ਲੱਗਦਾ ਸੀ ਵੀ ਬੜੇ ਪੋਜ਼ਿਟਿਵ ਨੇ, ਕਿਉਂਕਿ ਮੈਂ ਪਿੰਡਾਂ 'ਚ ਜਾਣਾ, ਆਮ ਬੱਚੇ ਬਜ਼ੁਰਗ ਵੀ ਪੁੱਛਦੇ ਆ ਵੀ ਯਾਰ ਉਹ ਆਪਣੀਆਂ ਖੇਡਾਂ ਜੀ ਹੁਣ ਦੁਬਾਰਾ ਕਦੋਂ ਹੋਣੀਆਂ ਨੇ, ਕਿਹੜੇ ਮਹੀਨੇ ਜਿਹੜੀਆਂ ਸ਼ੁਰੂ ਹੋਣਗੀਆਂ, ਕਿਉਂਕਿ ਲੋਕ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਆ। ਇਸੇ ਕਰਕੇ ਜਿਹੜੀਆਂ ਸਰਕਾਰੀ ਖੇਡਾਂ 'ਚ ਕਦੇ 10 ਤੋਂ 15 ਹਜ਼ਾਰ ਤੋਂ ਪਾਰਟੀਸਪੇਸ਼ਨ ਕਦੇ ਟੱਪੀ ਨਹੀਂ ਸੀ, ਉਹਨਾਂ ਖੇਡਾਂ ਦੀ ਪਾਰਟੀਸਪੇਸ਼ਨ 5 ਲੱਖ ਤੱਕ ਜਿਹੜੀ ਹੈ ਉਹ ਚਲੀ ਗਈ ਹੈ। ਪਹਿਲੇ ਸਾਲ 3.5 ਲੱਖ, ਦੂਜੇ ਸਾਲ 4 ਲੱਖ 65 ਹਜ਼ਾਰ, ਅਤੇ ਐਤਕੀ ਸਾਨੂੰ ਉਮੀਦ ਹੈ ਵੀ ਪਾਰਟੀਸਪੇਸ਼ਨ ਜਿਹੜੀ ਹੈ ਉਸ ਤੋਂ ਵੀ ਵਧੂਗੀ। ਅੱਛਾ, ਉਮੀਦ ਹੈ ਬੇਸ਼ੱਕ ਐਤਕੀ ਖੇਡ ਮੰਤਰੀ ਨੇ ਜਿਵੇਂ ਪਹਿਲਾਂ ਜ਼ਿਕਰ ਕੀਤਾ, ਚਲੋ ਤੁਹਾਡੇ ਜ਼ਿਲ੍ਹੇ ਦੇ ਵਿੱਚ ਹੀ, ਤੁਹਾਡੇ ਪਾਰਲੀਮੈਂਟ ਹਲਕੇ ਦੇ ਵਿੱਚ ਹੀ ਸ਼ੁਰੂਆਤ ਹੋਈ ਹੈ, ਤਾਂ ਉਮੀਦ ਹੈ ਦੇ ਜ਼ਹਿਨ ਦੇ ਵਿੱਚ ਕੀ ਕੁਝ ਚੱਲ ਰਿਹਾ ਕਿ ਐਤਕੀ ਕਿਸ ਤਰ੍ਹਾਂ ਫਿਰ ਇਹਦੇ ਵਿੱਚ ਪਾਰਟੀਸਪੇਟ, ਕਿਉਂਕਿ ਕਿਤੇ ਤਾਂ ਕਹਿੰਦੇ ਨੱਚਣ ਵਾਲੇ ਬੰਦੇ ਦਾ ਬਾਹਰ ਖੇਡਦਾ ਵੀ ਪੈਰ ਵੱਜਦਾ ਰਹਿੰਦਾ, ਅੱਡੀ ਵੱਜਦੀ ਰਹਿੰਦੀ ਆ, ਤਾਂ ਖਿਡਾਰੀ ਵੀ ਹੋ, ਖੇਡ ਮੰਤਰੀ ਵੀ ਰਹੇ ਹੋ। ਮੈਂ ਜਿੱਥੇ ਜਿੱਥੇ ਵੀ ਬਲਾਕ ਲੈਵਲ ਤੋਂ ਲੈ ਕੇ ਡਿਸਟ੍ਰਿਕਟ ਸਟੇਟ, ਹਰਪਿੰਦਰ ਜੀ ਜਿੱਥੋਂ ਵੀ ਮੇਰੇ ਕੋਲ ਟਾਈਮ ਹੋਊਗਾ, ਜਿੱਥੇ ਵੀ ਕੋਈ ਨਹੀਂ ਵੀ ਬੁਲਾਊਗਾ ਮੈਂ ਆਪ ਵੀ ਜਾਊਂਗਾ ਦੇਖਣ, ਖਿਡਾਰੀ ਨਹੀਂ, ਮੈਂ ਖੇਡ ਮੰਤਰੀ ਨਹੀਂ ਆ ਵਿੱਚ ਦਿਖਣਾ। ਨਹੀਂ, ਇਹਦਾ ਇੰਟਰਸਟ ਦੀ ਗੱਲ ਹੈ, ਕਿਉਂਕਿ ਮੈਂ ਨਾ ਉਦੋਂ ਦਿਲੋਂ ਇਹਦੀ CM ਸਾਹਿਬ ਨੂੰ, ਕਿਉਂਕਿ ਸਪੋਰਟਸ ਨਾਲ ਬਹੁਤ ਪਿਆਰ ਹੈ, ਇਸੇ ਕਰਕੇ ਉਹ ਕੀਤਾ ਸੀ ਕਿ ਵੀ ਖੇਡ ਕਲਚਰ ਪੰਜਾਬ 'ਚ ਰਿਵਾਈਵ ਕਰਨਾ। ਪੰਜਾਬ ਅਸੀਂ 2001 ਤੱਕ ਪਹਿਲੇ ਨੰਬਰ 'ਤੇ ਸੀ, ਅਸੀਂ ਉਸ ਤੋਂ ਬਾਅਦ ਲਗਾਤਾਰ ਪਿੱਛੇ ਆਉਂਦੇ ਗਏ 15-16 ਨੰਬਰ 'ਤੇ ਚਲੇ ਗਏ। ਅੱਜ ਵੀ ਪੰਜਾਬ 'ਚ ਟੈਲੈਂਟ ਦੀ ਕੋਈ ਕਮੀ ਨਹੀਂ, ਸਿਰਫ ਇਹ ਹੈ ਵੀ ਖਿਡਾਰੀਆਂ ਨੂੰ ਪਲੇਟਫਾਰਮ ਦਿਓ, ਉਹਨਾਂ ਨੂੰ ਕੱਢ ਕੇ ਗਰਾਊਂਡ ਤੱਕ ਲੈ ਕੇ ਆਓ, ਅਤੇ ਇਹਨਾਂ ਦਾ ਵਾਕਈ ਤੁਸੀਂ ਪਿੰਡਾਂ 'ਚ ਜਾ ਕੇ ਜੇ ਸਰਵੇ ਕਰੋਗੇ ਕਿ ਜਿਹੜੇ ਪਿੰਡਾਂ 'ਚ 10-10 ਸਾਲ ਤੋਂ 15-15 ਸਾਲ ਤੋਂ ਗਰਾਊਂਡਾਂ 'ਚ ਮੈਂ ਕਹਿੰਦਾ ਵੀ ਲੱਖ ਤੱਕ ਘਾਹ ਹੋ ਗਿਆ ਸੀ, ਲੋਕ ਜਾਂਦੇ ਹੀ ਨਹੀਂ ਸੀ, ਉਹ ਗਰਾਊਂਡ ਦੁਬਾਰਾ ਸਵਰ ਗਏ, ਬੱਚਿਆਂ ਨੇ ਪ੍ਰੈਕਟਿਸ ਕਰਨੀ ਸ਼ੁਰੂ ਕਰਤੀ ਅਤੇ ਵੇਟ ਕਰਦੇ ਵੀ ਜਦੋਂ ਖੇਡਾਂ ਹੋਣਗੀਆਂ। ਹੁਣ ਜਦੋਂ ਇੰਨੇ ਲੱਖਾਂ ਦੀ ਤਾਦਾਦ 'ਚ ਬੱਚੇ ਗਰਾਊਂਡਾਂ ਜਾਣਗੇ ਤਾਂ ਕੁਦਰਤੀ ਆ ਉਨੀ ਵੱਡੀ ਗਿਣਤੀ 'ਚ ਉੱਥੋਂ ਜਿਹੜੇ ਚੰਗੇ ਖਿਡਾਰੀ ਨਿਕਲ ਕੇ ਆਉਣਗੇ, ਜਿਹੜੇ ਪੰਜਾਬ ਨੂੰ ਦੁਬਾਰਾ ਨੈਸ਼ਨਲ ਲੈਵਲ 'ਤੇ ਨੰਬਰ 1 ਤੱਕ ਜਿਹੜਾ ਉਹ ਲੈ ਕੇ ਜਾਣਗੇ। ਬੇਸ਼ੱਕ ਸਥਿਤੀ ਕਿਸੇ ਦੌਰ ਦੇ ਵਿੱਚ ਪੰਜਾਬ ਦੀ ਬਹੁਤ ਟੌਪ 'ਤੇ ਵੀ ਰਹੀ, ਪਰ ਉਸ ਤੋਂ ਬਾਅਦ ਇੱਕ ਮਾੜਾ ਦੌਰ ਵੀ ਦੇਖਿਆ, ਪਰ ਹੁਣ ਇੱਕ ਵਾਰ ਫਿਰ ਤੋਂ ਪਿੰਡਾਂ ਦੇ ਵਿੱਚ, ਹਾਲਾਂਕਿ ਡਿਮਾਂਡ ਵੱਖਰੀਆਂ ਵੱਖਰੀਆਂ ਗਰੰਟਾਂ ਦੀ ਹੁੰਦੀ ਆ, ਪਰ ਹੁਣ ਇੱਕ ਵਾਰੀ ਫਿਰ ਤੋਂ ਖੇਡਾਂ ਨਾਲ ਜੁੜੀਆਂ ਗਰਾਊਂਡਾਂ ਦੀ, ਖੇਡਾਂ ਦੇ ਸਮਾਨ ਦੀ ਡਿਮਾਂਡ ਆ ਜਿਹੜੀ ਉਹ ਫਿਰ ਤੋਂ ਦਿਖਣ ਲੱਗੀ ਹੈ ਨੌਜਵਾਨਾਂ ਜਾਂ ਪਿੰਡਾਂ 'ਚ? ਜ਼ਰੂਰ, ਤੁਸੀਂ ਦੇਖੋ ਜੇ ਡਿਮਾਂਡ ਦਿਖਣ ਲੱਗੀ ਹੈ, ਜਿਹੜੇ ਸਪੋਰਟਸ ਡਿਪਾਰਟਮੈਂਟ ਦਾ ਬਜਟ ਮੈਨੂੰ ਲੱਗਦਾ 100 ਕਰੋੜ ਸੀ, ਉਹ 2,65,000 ਹੋਣੇ ਹੋ ਚੁੱਕੇ ਆ। ਆ ਜਿਹੜੀਆਂ ਨਰਸਰੀਆਂ ਐਤਕੀ 260 ਪਹਿਲੇ ਫੇਜ਼ ਖੁੱਲ੍ਹ ਰਹੀਆਂ, ਅਤੇ ਮੈਨੂੰ ਲੱਗਦਾ ਵੀ ਇਹ ਬਜਟ ਹੈ ਜਿੱਦਣ ਸਾਰੀਆਂ 1,000 ਨਰਸਰੀਆਂ ਖੁੱਲ੍ਹ ਗਈਆਂ, ਇਹ 500 ਕਰੋੜ ਤੱਕ ਜਿਹੜਾ ਉਹ ਚਲਾ ਜਾਣਾ, 4-5 ਗੁਣਾ ਬਜਟ ਹੈ ਜਿਹੜਾ ਸਪੋਰਟਸ ਦਾ ਵੱਧ ਜਾਣਾ। ਜੇ ਬਜਟ ਵੱਧ ਰਿਹਾ ਉਸੇ ਕਰਕੇ ਹੈ, ਕਿਉਂਕਿ ਜਿੱਥੇ 300 ਕੋਚ ਸੀ, ਸਾਰੀਆਂ ਭਰਤੀਆਂ ਪੂਰੀਆਂ ਹੋਣ ਤੋਂ ਬਾਅਦ, ਕਿਉਂਕਿ 500 ਤਾਂ ਅਸੀਂ ਸਪੋਰਟਸ ਕੈਡਰੀ ਅਲੱਗ ਬਣਾ ਤਾ, ਜਿਹੜੇ ਜਿੰਨੇ ਨੈਸ਼ਨਲ ਲੈਵਲ ਤੋਂ ਉੱਪਰ ਵੱਡੇ ਮੈਡਲਿਸਟ ਨੇ, ਵੀ ਸਾਰਿਆਂ ਨੂੰ ਬਿਨਾਂ ਕਹਿ ਲਓ ਵੀ ਕਿਸੇ ਟੈਸਟ ਤੋਂ, ਸਿਰਫ ਮਿਨੀਮਮ ਕੁਆਲੀਫਿਕੇਸ਼ਨ ਇਹ ਵੀ ਅੱਜ ਨਹੀਂ ਵੀ ਪੂਰੀ ਤਾਂ ਉਹ ਕਰ ਲੈਣਗੇ, 100% ਨੌਕਰੀ ਦੀ ਗਰੰਟੀ ਜਿਹੜੀ ਹੈ ਉਹ ਦੇ ਰਿਹਾ। 500 ਪੋਸਟਾਂ ਉਹਨੇ, 1,000 ਨਰਸਰੀ ਦੀ ਹੈ, ਤਕਰੀਬਨ 2,200-2,300 ਪੋਸਟ ਜਿਹੜੀ ਹੈ ਉਹ ਸਪੋਰਟਸ ਡਿਪਾਰਟਮੈਂਟ ਦੇ ਅੰਦਰ ਹੋਜੂ, ਕਿੱਥੇ 300 ਕਿੱਥੇ 2,200,
ਜਿੰਨੇ ਕੋਚ ਜ਼ਿਆਦਾ ਹੋਣਗੇ, ਗਰਾਊਂਡ ਜ਼ਿਆਦਾ ਹੋਣਗੇ, ਉਨੇ ਜ਼ਿਆਦਾ ਬੱਚੇ ਆਉਣਗੇ ਤੇ ਉਨੀ ਜ਼ਿਆਦਾ ਡਿਮਾਂਡ ਵੀ ਹੋਊ ਤੇ ਡਿਮਾਂਡ ਵੱਧ ਰਹੀ ਹੈ ਤਾਂਹੀਓ ਬਜਟ ਵੀ ਜਿਹੜਾ ਉਹ ਵਧਾਇਆ ਜਾ ਰਿਹਾ। ਆਖਿਰ ਦੇ ਵਿੱਚ ਇੱਕ ਸਿਆਸੀ ਸਵਾਲ, ਤੁਸੀਂ ਪਾਰਲੀਮੈਂਟ ਦੇ ਵਿੱਚੋਂ, ਉੱਥੇ ਇੱਕ ਬੀਜੇਪੀ ਦੀ ਸੰਸਦ ਕੰਗਣਾ ਰਣੌਤ ਵੀ ਮੌਜੂਦ ਹੈ, ਖੂਬ ਵਿਵਾਦ ਚੱਲ ਰਹੇ ਨੇ ਕਿਸਾਨਾਂ ਨੂੰ ਲੈ ਕੇ, ਬੜਾ ਵਿਵਾਦਿਤ ਬਿਆਨ ਜਿਹੜਾ ਸਾਹਮਣੇ ਆਉਂਦਾ, ਜਿਸ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਗਈਆਂ, ਕੁਲੀਗ ਵੀ ਕਹਿ ਸਕਦੇ ਕਿ ਤੁਹਾਡੇ ਨਾਲ ਬੈਠਦੇ ਨੇ, ਕੀ ਕਹੋਗੇ ਇਹਦੇ ਸੰਸਦ? ਦੇਖੋ, ਮੈਨੂੰ ਲੱਗਦਾ ਵੀ ਇਸ ਤੋਂ ਹੋਰ ਕੋਈ ਘਟੀਆ ਬਿਆਨਬਾਜ਼ੀ ਜਿਹੜੀ ਆ ਉਹ ਹੋ ਨਹੀਂ ਸਕਦੀ। ਠੀਕ ਹੈ, ਕਿਉਂਕਿ ਬੀਜੇਪੀ ਨੇ ਤਾਂ ਵੈਸੇ ਹੀ ਮਾਪਦੰਡ ਹੀ ਰੱਖਿਆ ਹੋਇਆ ਵੀ ਜਿਹੜਾ ਬੰਦਾ ਜ਼ਿਆਦਾ ਅੱਗ ਉਗਲਦਾ ਉਹਨੂੰ ਉੱਡਾ ਵੱਡਾ ਜਿਹੜਾ ਲੀਡਰ ਹੈ ਉਹ ਬਣਾਉਣਾ। ਬੀਜੇਪੀ ਇਹ ਕਹਿ ਕੇ ਵੀ ਜੀ ਸਾਡਾ ਇਸ ਬਿਆਨ ਨਾਲ ਕੋਈ ਨਾਤਾ ਨਹੀਂ, ਤੁਸੀਂ ਇਸ ਗੱਲ ਤੋਂ ਭੱਜ ਨਹੀਂ ਸਕਦੇ। ਜੇ ਤੁਸੀਂ ਵਾਕਈ ਕਿਸਾਨਾਂ ਪ੍ਰਤੀ ਹਮਦਰਦ ਹੋ, ਪੰਜਾਬ ਪ੍ਰਤੀ ਹਮਦਰਦ ਹੋ, ਤਾਂ ਤੁਸੀਂ ਕਹੋ ਉਹਨੂੰ ਪਾਰਟੀ ਚੋਂ ਸਸਪੈਂਡ ਕਰੋ, ਜੇ ਪਾਰਟੀ ਚੋਂ ਕੱਢਣਾ ਨਹੀਂ ਕੋਈ ਸਜ਼ਾ ਤਾਂ ਤੁਸੀਂ ਲਾਓ ਨਾ। ਇਕੱਲਾ ਇਹ ਕਹਿ ਕੇ ਵੀ ਉਹਦਾ ਜੀ ਨਿੱਜੀ ਬਿਆਨ ਹੈ, ਪਾਰਟੀ ਦੇ ਨਾਲ ਕੋਈ ਲਿੰਕ ਨਹੀਂ। ਤੁਸੀਂ ਪਾਰਲੀਮੈਂਟ 'ਚ ਗੱਲ ਕਰੋਗੇ? ਜ਼ਰੂਰ ਕਰੂੰਗਾ, ਮੈਂ ਤਾਂ ਪਹਿਲਾਂ ਵੀ ਜਦੋਂ ਕੋਈ ਮੌਕਾ ਮਿਲਦਾ ਉੱਥੇ ਕਰਦਾ, ਜੇ ਸੈਸ਼ਨ ਚੱਲਦਾ ਹੁੰਦਾ ਤਾਂ ਹੁਣ ਵੀ ਕਰਦੇ, ਜਦੋਂ ਸੈਸ਼ਨ ਚੱਲੂਗਾ ਜ਼ਰੂਰ ਕਰਾਂਗੇ, ਪਾਰਲੀਮੈਂਟ ਦੇ ਅੰਦਰ ਵੀ ਕਰਾਂਗੇ, ਪਾਰਲੀਮੈਂਟ ਦੇ ਬਾਹਰ ਵੀ ਕਰਾਂਗੇ। ਪਰ ਬੀਜੇਪੀ ਨੂੰ ਜੇ ਵਾਕਈ ਕੋਈ ਮਾੜੇ ਮੋਟੇ ਵੀ ਸੁਹਿਰਦ ਨੇ, ਵੈਸੇ ਤਾਂ ਉਹ ਹੈ ਨਹੀਂ ਜਿੱਦਾਂ ਦਾ ਉਹਨਾਂ ਦਾ ਪਿਛਲੇ ਸਮੇਂ ਤੋਂ ਨਜ਼ਰੀਆ ਰਿਹਾ, ਪਰ ਇਕੱਲੀ ਇਹ ਕਹਿ ਕੇ ਪੱਲਾ ਝਾੜਨਾ ਵੀ ਜੀ ਅਸੀਂ ਉਹਦੇ ਬਿਆਨ ਦੇ ਨਾਲ ਕੋਈ ਤਾਲੁਕ ਨਹੀਂ ਰੱਖਦੀ, ਬੀਜੇਪੀ ਇਹਦੇ ਨਾਲ ਨਹੀਂ, ਉਹਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਣ, ਕਿਉਂਕਿ ਕੰਗਣਾ ਹਮੇਸ਼ਾ ਤੋਂ ਮਤਲਬ ਕਿ ਜਿਹੜੀ ਨਫ਼ਰਤ ਵਾਲੀ ਜਿਹੜੀ ਕਹਿ ਲਓ ਬਿਆਨਬਾਜ਼ੀ ਹੈ ਪਹਿਲਾਂ ਤੋਂ ਵੀ ਕਰਦੇ ਰਹੀ ਹੈ, ਕਿਉਂਕਿ ਉਦੋਂ ਵੀ ਕਿਸਾਨਾਂ ਜਦੋਂ ਧਰਨਾ ਚੱਲਦਾ ਸੀ ਜੀ ਇਹ ਤਾਂ 100-100 ਰੁਪਏ ਤੇ ਆਉਂਦੀਆਂ ਨੇ ਇੱਦਾਂ ਦੀ ਬਿਆਨਬਾਜ਼ੀ, ਅਤੇ ਉਸ ਤੋਂ ਬਾਅਦ ਵੀ ਅਤੇ ਇੱਦਾਂ ਦੀ ਮੈਨੂੰ ਲੱਗਦਾ ਵੀ ਜਿਹੜੇ ਲੀਡਰ ਨੇ ਕੋਈ ਵੀ ਜਿਹੜੇ ਕੋਈ ਹੋਰ, ਕਿਉਂਕਿ ਜਦੋਂ ਇੱਦਾਂ ਦੇ ਲੀਡਰਾਂ ਨੂੰ ਕੋਈ ਪਾਰਟੀ ਪ੍ਰਮੋਟ ਕਰਦੀ ਹੈ ਤਾਂ ਜਿਹੜੇ ਕੋਈ ਨਵੇਂ ਯੰਗਸਟਰ ਹੈ ਉਹਨਾਂ ਨੂੰ ਹੋ ਸਕਦਾ ਲੱਗਦਾ ਹੋ ਭਾਈ ਅਸੀਂ ਵੀ ਇੱਦਾਂ ਦੀ ਬੋਲੀ ਬੋਲੀਏ ਵੀ ਸਾਨੂੰ ਜਿਹੜੀ ਪਾਰਟੀ ਹੈ ਬੀਜੇਪੀ ਜਿਹੜੀ ਉਹ ਪ੍ਰਮੋਟ ਕਰੂਗੀ, ਤਾਂ ਇਸ ਤਰ੍ਹਾਂ ਦੀ ਰਾਜਨੀਤੀ ਤੋਂ ਜਿਹੜਾ ਕਿਨਾਰਾ ਸਾਰੀਆਂ ਪਾਰਟੀਆਂ ਨੂੰ ਜਿਹੜਾ ਉਹ ਕਰਨਾ ਚਾਹੀਦਾ। ਤਾਂ ਗੁਰਮੀਤ ਸਿੰਘ ਮੀਤ ਹੇਰ ਹੋਣੀ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਨੇ, ਜਿੱਥੇ ਪੰਜਾਬ ਦੇ ਵਿੱਚ ਖੇਡਾਂ ਪ੍ਰਮੋਟ ਕਰਨ ਦੀ ਗੱਲ ਕਰਦੇ ਨੇ, ਔਰ ਦੂਜੇ ਪਾਸੇ ਕੰਗਣਾ ਰਣੌਤ ਨੂੰ ਲੈ ਕੇ ਕਾਫੀ ਤਲਕ ਨਜ਼ਰ ਆਏ ਗੁਰਮੀਤ ਸਿੰਘ ਮੀਤ ਹੇਰ ਹੋਣੀ। ਕੈਮਰਾਮੈਨ ਸੁਖਿੰਦਰ ਸਿੰਘ ਧਾਲੀਵਾਲ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18 ਸੰਗਰੂਰ।